ਆ ਲੋ ਜੀ ਫੜੋ ਚਾਹ ਚਾਵਾ ਹੀ ਨਹੀਂ ਪੀਪੀ ਕਾ ਥੱਕਦੇ ਸਾਰਾ ਦਿਨ ਮਾ ਤੇ ਮਾਰੀ ਪਈ ਮੇਰੀ ਚਾਵਾ ਪਕਾ ਪਕਾ ਕੇ ਉਹਦੀ ਵੀ ਮੱਤ ਵੱਜੀ ਆ ਉਹ ਬੰਦਾ ਤੇਰਾ ਜਿਹੜਾ ਬਾਹਰ ਕਮਾਈ ਕਰ ਕਰ ਕੇ ਵਿਚਾਰੇ ਦੀ ਮੱਤ ਵੱਜੀ ਆ ਚਾਵਾ ਤੋ ਕਿਤੇ ਆ ਕੇ ਸਲਾਮ ਵੀ ਲੈ ਲਿਆ ਕਰ ਸਵੇਰੇ ਸਵੇਰੇ ਸੌ ਰਾਣੀ ਕੁੱਤਾ ਹੀ ਸਮਝ ਲਿਆ ਤੁਸੀਂ ਕੱਚਾ ਕੱਚਾ ਕੁੱਤਾ ਦਾ ਬਲੋ ਆ ਲੋ ਬਾਇ ਬੱਡੇ ਪੰਪੈਂਟ ਬਾਈਆ ਉਹਨੂੰ ਸੋ ਕੰਪਰੇ ਬਾਇ ਨੇ ਬਾਹਰ ਚੱਲ ਚੱਲ ਬੋਲ ਗਵਾਜਾ ਦਾ ਨਾ ਬਾਤ ਦਫਾ ਹੋ ਜਾ ਤੈਨੂੰ ਕਹਿੰਦੇ ਕਿ ਅੰਦਰ ਵੜ ਲੈ ਨੂੰ ਮਮ ਲੱਗਿਆ ਹਣਾ ਨੂੰ ਮੈਂ ਕਾਹ ਵੜਿਆ ਤੇ ਬੋਲ ਆਏ ਵੱਡੇ ਕੱਪੜੇ ਪੈਂਦੇ ਬਿਸ਼ੋਲੇ ਕੱਪੜੇ ਪੈਂਟ ਪਾਈ ਬੂਟ ਪਾਏ ਬੂਟ ਪਾਏ ਮੈ ਲੱਗਿਆ ਹਣਾ ਨੂੰ ਦੱਦਾ ਲਾਈ ਭਾਈ ਕਾ ਭਾਈਆ ਕਾਹੀ ਆ ਕਾਹੀ ਆ ਵੇ ਆਹ ਹੋ ਰੰਗੋ ਆ ਬੂਏ ਆਹ ਧਰਨੀ ਪਈ ਹੋਈ ਆ ਬਾਲ ਵੀ ਆ ਕਾ ਆ ਦੱਦਾ ਵੇ ਬੋਲ ਨਾ ਕਰੇ ਆ ਵੇ ਬਾਗ ਬੂਟ ਜਾ ਤੋਈ ਓਏ ਆਹ ਅੰਦਰ ਬਰੋ ਲੱਤੋ ਆਪੇ ਸੱਤ ਖੋਤੇ ਦੇ ਆ ਪੁੱਤਰਾ ਮੰਜਾ ਧੁਈ ਲਿਆਉਣਾ ਮਰ ਗਿਆ ਮੰਜਾ ਓਏ ਕੋਕੇ ਉਹ ਨੂੰ ਬੈ ਬੋ 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 ਜਿੱਦ ਜਿੱਦ ਇਹ ਐਸ ਤਾਂ ਕਰੋ ਜੀ ਆ ਕੋ ਓਏ ਓਏ ਮੰਜਿਆ ਦਾ ਡਾਇਰੈਕਟਰ ਕੀ ਐ ਓਏ ਪਿਓ ਨੂੰ ਕਿਉਂ ਧੋਈ ਜਾਂਦਾ ਕੌਣ ਆ ਏ ਕਿੱਧਰ ਲੈ ਆ ਕੌਣ ਲਾ 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 ਪਿੰਕਲਾ ਬੂਟ ਵੇ ਕਬੂ ਜ ਆਵੇ 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 ਐਡਾ ਨਾ ਮੈਂ ਕਰ ਬੈ ਨਾ ਕਰ ਨਾ ਟੁਪੈ ਐਂ ਬੈ ਐਂਦਾ ਕਰ ਸਿਰ ਤੇ ਚੋਕਾ ਪਿੰਡ ਤੇ ਲੈ ਜਾ ਜਿੱਥੇ ਚੰਗਾ ਚੰਗੀ ਜਗ੍ਹਾ ਲੱਗਦੀ ਨਾ ਉੱਥੇ ਡਾ ਦੇ ਹੈ 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 ਪਾਡਾ ਡਾ ਕਾਡਾ ਡਾ ਡਾ ਚੱਲ ਬੱਡੂ ਕਾਡਾ ਅੱਡੂ ਕਾਡਾ ਇਹ ਵੀ ਜਾਓ ਜੀ ਅਸੀਂ ਤੇਰਾ ਫੈਸਲਾ ਕਰ ਲਿਆ ਕਿੱਥੇ ਬਾਪਾ ਬੋ ਬੋ ਭਾਈ ਓਹ ਕੌਣ ਏ ਇਹ ਬੋ ਲਓ ਲਓ ਬੁੱਢੋ ਜਾ ਇਹਦੇ ਵੱਡਾ ਪਾਇ ਕੇ ਆਹ ਉੱਥੇ ਬੈ ਜਾ ਮੇਰਾ ਪੁੱਤ ਇੱਥੇ ਆ ਜਾ ਇੱਥੇ ਆ ਇਹ ਬੈ ਅੱਡ ਬੈ ਤੇਰੀ ਬਾਜ ਨਾ ਆਪੇ ਆ ਜਾ ਓ ਡਿਗਾਓ ਡੀਓ ਡਿਗਾਏ ਓ ਡੀਦੇ ਰੋਟੀ ਦੇ ਰੋਟੀ ਕਾਟ ਓ ਡਿਗਾਣੀ ਆਨੇ ਅਸੀਂ ਤੇਰੇ ਕੋ ਆਏ ਲਾ ਹਾਂ ਅਈ ਰੋਟੀ ਪ੍ਰਾਹ ਮੈਂ ਪੋਚ ਲੈਣਾ ਤਬਾਈ ਜਾ ਚਪਾ ਕਾ ਕੇ ਬਾ ਜਾ ਲੋ ਖਾ ਐਂਦੇ ਤਾਂ ਰੋਟੀ ਨੂੰ ਭੁੱਖ ਲੱਗੀ ਆ ਵੇ ਰੋਟੀ ਖਾਣੀ ਓ ਮੇਰਾ ਮਕਾਨ ਬਣਾਉਂਦਾ ਆਂ ਤੂੰ ਐਂ ਚ ਨਹੀਂ ਖਾ ਖਾ ਤੂੰ ਓ ਛੱਡੋ ਜੀ ਦਫਾ ਕਰੋ ਇਹਨੂੰ ਇਹ ਮਸਨੂਦ ਤੁਸੀਂ ਹੁਕਮ ਕਰੋ ਜੀ ਨੋ ਨੂੰ ਮਿਲਣਾ ਤੁਹਾਡੀ ਨੂੰ ਮੇਰੀ ਨਾ ਵੇਲੇ ਕਾਰੀ ਓ ਤੂੰ ਕੱਢ ਗਿਆ ਕੰਡਲ ਓਏ ਔਰ ਲਾਣਤ ਦੇ ਮਾਰਿਆ ਤੇਰਾ ਬੇੜਾ ਤਰ ਗਿਆ ਤੇਰਾ ਓ ਉਹ ਕਲ ਤੋਂ ਲੋਕ ਕਹਿੰਦੇ ਕੋ ਕੰਡੇ ਬੰਦੇ ਕੰਡੇ ਬੰਦੇ ਉਹ ਬੰਦੇ ਨਹੀਂ ਹੈ ਬੇ ਕਹੇ ਤੇ ਘਰ ਜਾ ਕੇ ਕਿਦਾਂ ਨ ਸਲਾਮ ਨ ਦਵਾ ਸਦਾ ਹੀ ਨੋਂ ਮਿਲਣਾ ਇਹ ਕਿਹੜੀ ਗੱਲ ਹੈ ਗੱਲ ਇਹ ਜੀ ਮੈਨੂੰ ਜਿੰਨੇ ਭੇਜਿਆ ਨਾ ਹਾਂ ਉਹਨੇ ਮੈਨੂੰ ਕਿਹਾ ਸੀ ਕਿਸੇ ਨਾਲ ਨੂੰ ਮਿਲੀ ਡਾਇਰੈਕਟ ਜਾ ਕੇ ਨੋਂ ਨੂੰ ਵਜੀ ਆਪ ਤੇ ਆਪਣੀ ਅਕਲ ਚ ਨਾ ਨੋਂ ਮਾਰ ਮਾ ਸਹਕਾਰ ਦਾ ਸਰਵਰਾ ਵਾ ਤੂੰ ਮੇਰੇ ਘਰ ਆਇਆ ਭਈ ਆ ਕੇ ਦੱਸ ਵੀ ਚਾਚਾ ਜੀ ਆਹ ਗੱਲ ਆ ਬਾਤ ਆ ਭਈ ਸਿੱਧਾ ਹੀ ਨੌਨ ਨੂੰ ਮਿਲੇ ਇਹ ਕੌਣ ਮਲਾਉਂਦਾ ਨੌਨ ਵੰਜ ਸੌਦੀਆ ਤੋਂ ਆਇਆ ਤੁਹਾਡੇ ਮੁੰਡੇ ਨਾਲ ਉੱਥੇ ਮੈਂ ਕੰਮ ਕਰਦਾ ਜੀ ਗਫਾਰ ਨਾ ਹਾਂਜੀ ਸੌਦੀਆ ਜੀ ਹਾਂਜੀ 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 ਅੱਛਾ 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 ਹਾਂਜੀ ਅਕਦਾ ਖੈਰ ਨਾ ਹਾਂਜੀ ਅੱਲਾ ਦਾ ਸ਼ੁਕਰ ਆ ਉਹਨੇ ਮੈਨੂੰ ਕਿਹਾ ਸੀਗਾ ਹਾਂ ਉਹਨੇ ਮੈਨੂੰ ਆ ਜਿਹੜਾ ਬੈਗ ਆ ਨਾ ਜੀ ਇਹਦੇ ਵਿੱਚ ਵੀ ਸਮਾਨ ਆ ਜਿਹੜਾ ਉਹਨੇ ਭੇਜਿਆ ਅੱਛਾ ਅੱਛਾ ਸਾਡੇ ਲਈ ਹਾਂਜੀ ਨਹੀਂ ਤੁਹਾਡੇ ਲਈ ਨਹੀਂ ਹਾਂ ਇਹਦੇ ਵਿੱਚ ਵੀ ਸਮਾਨ ਹੈ ਅੱਛਾ ਇੱਥੇ ਵੀ ਸਮਾਨ ਹਾਂਜੀ ਉਹਨੇ ਮੈਨੂੰ ਕਿਹਾ ਸੀਗਾ ਕਿ ਜਿਹੜਾ ਇੱਥੇ ਰਹਿਣ ਦਿੰਦੇ ਨਹੀਂ 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 ਉਹਨੇ ਕਿਹਾ ਸੀਗਾ ਕਿ ਜਾਣਾ ਹੈ ਘਰ ਸਾਡੇ ਹਾਂ ਉਹ ਮੈਂ ਫਿਰ ਤੁਰਿਆ ਮੈਨੂੰ ਨਹੀਂ ਸੀ ਘਰ ਦਾ ਪਤਾ ਮਸਤ ਟੱਕਰਿਆ ਮੈਨੂੰ ਰਾਜ ਇਹ ਰਾਜ ਟੱਕਰਦਾ ਜੀ ਇਹ ਕਦੋਂ ਕਿ ਇਹਨਾਂ ਦਫ਼ਤਰ ਪਾਇਆ ਵੀ ਪਿੰਡ ਤੇ ਵੜਦੇ ਹੀ ਅੰਦਰ ਉਹ ਇਹ ਬੈਠਾ ਹੁੰਦਾ ਇਹ ਰਾਜ ਕਿਤੇ ਟੱਕਰਦਾ ਹਾਂ ਪਾਕ ਪਾਕ ਇਹ ਪਾਈ ਪਾਕ ਇਹ ਤੇ ਨੌ ਲੜਾਇਆ ਜੋ ਨੌ ਲੜਾਇਆ ਉਹ ਖੋਹ ਤੇ ਆ ਪੁੱਤਰਾ ਮੇਰੀ ਨੌ ਨੂੰ ਲੈਣ ਆਇਆ ਐਡਾ ਵੀਰ ਉਦਾਸ ਹੋਇਆ ਲੈਣ ਆਇਆ ਨੌ ਨੂੰ ਇੱਥੇ ਮੈਂ ਇੱਥੇ ਆ ਇੱਥੇ ਆ ਕੇ ਬੈ ਮਾਦਾ ਲਾਣੀ ਮੈਂ ਮੈਂ ਇੱਥੇ ਆ ਇਥੋਂ ਹੇਲਾਣੀ ਤੂੰ ਲੱ ਲਾ ਵਾਖਬਤ ਕਿਤੇ ਚਾਰ ਪੈਸੇ ਲੈ ਕੇ ਥੱਲੇ ਰੇੜੂ ਲਵਾ ਲਾ ਲੋੜੂ ਆ ਲੈ ਮੇਰਾ ਲਾ ਲਾ ਲਈ ਮੈਂ ਤਾਂ ਸੋਚਿਆ ਨਾ ਆ ਲੋੜਾ ਮਾਰ ਲੈ ਲੋੜਾ ਮਾਰਨਾ ਲੋੜਾ ਮਾਰ ਕੇ ਐਡਾ ਤੂੰ ਕੋ ਰੋੜਾ ਮਾਰਨਾ ਸ਼ੈਤਾਨ ਬੈਠਾ ਤੇਰੇ ਸਾਹਮਣੇ ਰੋੜੇ ਮਾਰਨਿਆ ਪਰ ਦਫਾ ਹੋ ਚੁੱਪ ਕਰਕੇ ਬਾਝਾ ਮਤਨ ਦਸਣੇ ਮੈਂ ਲੋੜਾ ਲੈ ਬਣ ਐਡਾ ਰੋੜਾ ਆਖ ਮੇਰਾ ਹਾਂ ਜੀ ਚੀਜ਼ ਨੂੰ ਮਿੱਟੀ ਦਾ ਨੂੰ ਲਾਣਾ ਭਾਈ ਲਾ ਹਾਂ ਤੁਸੀਂ ਹੁਕਮ ਕਰੋ ਜੀ ਸਮਾਨ ਭੇਜਿਆ ਜੀ ਉਹਨਾਂ ਨੇ ਗਫਾਰ ਨੇ ਗਫਾਰ ਨੇ ਮੇਰੇ ਲਈ ਕਿ ਭੇਜਿਆ ਤੇ ਤੁਹਾਡੇ ਵਾਸਤੇ ਕੁਝ ਨਹੀਂ ਭੇਜਿਆ ਕਿਹਦੇ ਲਈ ਭੇਜਿਆ ਤੁਸੀਂ ਆਪਣੀ ਨੋ ਨੂੰ ਬੁਲਾਓ ਨਾ ਜੀ ਕਿੱਥੇ ਆ ਤੇ ਮੈਂ ਫੇਰ ਗੱਲ ਕਰ ਲੈਣਾ ਨਾ ਨੋ ਨਾ ਉਹ ਬਹਾ ਕੋ ਭਾਈ ਆਇਆ ਲੈਣ ਵਾਸਤੇ ਜਾ ਬਹਾ ਭਾਈ ਬਹਾਓ ਜਾਓ ਆਵਾਜ਼ ਦਿਓ ਜੀ ਕਿੱਥੇ ਘਰੇ ਹੀ ਨੇ ਉਹ ਉਹ ਕਾ ਉਹ ਸੌਂਦੀ ਹੁੰਦੀ ਆ ਅੱਛਾ ਆ ਹੁਣ ਵੀ ਜਿੰਨੀ ਗੱਲ ਆਪਾਂ ਕੀਤੀ ਆ ਰਿਵਰਸ ਕਰਕੇ ਸਾਰੀ ਸੁਣ ਲਈਓ ਤਾਂ ਕੋਈ ਨੂੰ ਆਉਂਦੀ ਯਾਦ ਤੁਸੀਂ ਜਿੱਦਾਂ ਆਏ ਸੌਂਦੀ ਆ ਜਿੱਥੇ ਵੀ ਹੋਵੇ ਸਾਡੀਆਂ ਸੌਂਦੀ ਆ ਸੌਂਦੀ ਆ ਨਾ ਕੀ ਗੱਲ ਆ ਕਤਲ ਹੋ ਰ ਮਰੀ ਜਾਂਦਾ 24 ਘੰਟੇ ਬੋਲਦਾ ਰਹਿਣਾ ਵਾ ਹੈ ਨਾਲੇ ਮੈਨੂੰ ਨਹੀਂ ਆਉਂਦਾ ਥੈਗੀ ਲੋਕ ਲੋ ਗੱਲਾਂ ਸੁਣਦੀ ਤੁਹਾਡੇ ਗੰਦੇ ਖਾਨਦਾਨ ਨੂੰ ਆਦਤ ਆ ਲੋਕ ਲੋ ਗੱਲਾਂ ਸੁਣਨ ਦੀ ਪਤਾ ਨਹੀਂ ਕੀ ਦੇਖ ਕੇ ਮੇਰੇ ਟੋਨੇ ਤੁਹਾਡੇ ਚ ਮੇਰਾ ਵਿਆਹ ਕਰਤਾ ਗੰਦੇ ਖਾਨਦਾਨ ਚ ਨਾਲੇ ਫੇਕੀ ਹੋ ਗਿਆ ਉਹਨੇ ਨੋਂਦਾ ਹੀ ਪੁੱਛਿਆ ਤੁਹਾਡੀ ਦਾ ਕੜੀ ਗਲਤ ਗੱਲ ਕਰਤੀ ਆ ਸੁਣਾਓ ਜੀ ਕਦੇ ਵੇਖੀ ਕਿਸੇ ਦੀ ਇਹੋ ਜੀ ਸੁਗੜ ਨਾ ਅੱਜ ਕਦੀ ਵੇਖਿਆ ਇਦਾਂ ਦਾ ਸੋਹਰਾ ਇਹ ਸਾਡੇ ਘਰ ਦੀ ਜੀ ਇਹ ਹਾਸਾ ਖੇਡਾ ਚੱਲਦਾ ਹੀ ਰਹਿੰਦਾ ਸਾਰੀ ਦਿਹਾੜੀ ਉਹ ਪਾਗਲ ਉਹ ਪਾਗਲ ਮੈਂ ਪਾਗਲ ਸਾਲਿਆ ਤੂੰ ਤਾਂ ਡਾਕਟਰ ਆ ਕੇ ਬੈਠਾ ਡਾਕਟਰ ਆ ਕੇ ਮੈਂ ਪਾਗਲ ਆ ਮੈਂ ਪਾਗਲ ਆ ਨਹੀਂ ਮਾਈ ਮੁੰਨਾ ਲੋਲਾ ਪਾਗਲ ਉਹ ਪਾਜ਼ੇ ਉਹ ਰੋੜਾ ਤੂੰ ਮੈਨੂੰ ਕਿਉਂ ਮਾਰਨਾ ਮੈਂ ਕਿਹਾ ਦੂਰ ਆ ਲਾ ਕੋ ਚੰਡ ਮਾਰ ਲਾ ਚੰਨ ਬਾਲ ਲਾ ਉਹਨੂੰ ਲਾ ਲਾ ਕਰਦੀ ਉਹਨੂੰ ਮਾ ਇਹ ਤੂੰ ਕੀ ਛੇੜ ਛੇੜ ਮਸਤ ਨੂੰ ਕੁੱਟ ਵੀ ਦੇਣਾ ਅਗਲੇ ਨਾਲ ਫੜ ਕੇ ਐਂੀ ਗੱਲਾਂ ਤੋ ਕਰ ਤੂੰ ਤਾਂ ਨਾ ਮਾਰ ਖਾਨਾ ਬਾਈ ਐਨੂੰ ਮਿਲਣਾ ਇਹ ਇਹ ਤੈਨੂੰ ਲੱਗਦਾ ਵੀ ਇਹਨੂੰ ਮਿਲਣਾ ਬੰਦਾ ਤੁਸੀਂ ਪਾਏ ਗਫਾਰ ਦੇ ਘਰ ਆਲੇ ਹੋ ਜੀ ਹਾਂਜੀ ਅੱਛਾ 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 ਬੰਦਾ ਤੁਹਾਡਾ ਭਾਈ ਗਫਾਰ ਆ ਜੀ ਹਾਂਜੀ ਜੀ ਅੱਛਾ ਅੱਛਾ ਮੇਰੇ ਨਾਲ ਕੰਮ ਕਰਦਾ 사우ਦੀਆ ਜੀ ਹਾਏ ਮਾਸ਼ਾਅੱਲਾ ਹਾਂਜੀ ਅਸੀਂ ਉੱਥੇ ਇਕੱਠਾ ਹੀ ਕੰਮ ਕਰਦੇ ਹਾਂ ਜੀ ਅੱਛਾ ਜੀ ਹਾਂਜੀ 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 ਬੜੀਆਂ ਮੈਂ ਚਲ ਜਾਵਾਂ ਕਿਉਂ ਜੀ ਬਹੁਤ ਪਿਆਰ ਦੀਆਂ ਗੱਲਾਂ ਹੋਣਦੀਆਂ ਐਦਾਂ ਕਿਤੇ ਮੈਨਾਂ ਭੌਂਕਿਆ ਕਰ ਐਦਾਂ ਜਿਹੜਾ ਮੈਨਾਂ ਵੀ ਭੌਂਕਿਆ ਕਰ ਤੂੰ ਸੜ ਜਾ ਸੜ ਕੇ ਹੋ ਜਾਵਾ ਗੈਸ ਸਿਲੰਡਰ ਲਾ ਕੇ ਹਾਏ 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 ਦੇਖ ਕੇ ਮੈਂ ਛੱਡਦਾ ਦੇਖ ਕਹ ਲਊ ਚੁੱ ਚਾ ਛੋੜ ਲੰਦਾ ਪਤਾ ਨਹੀਂ ਕੀ ਦੇਖ ਲਿਆ ਮੇਰੇ ਪਿਓ ਨੇ ਤੁਹਾਡੇ ਚ ਮੇਰੇ ਚ ਤੇ ਤੇਰਾ ਵਿਆਹ ਮੈਨਾਂ ਹੋਇਆ ਤੂੰ ਮੈਨਾਂ ਵਿਆਹੀਆਂ ਸ਼ਰਮ ਤਾਂ ਨਹੀਂ ਆਉਂਦੀ ਤੇ ਪਿਆਰ ਨਾਲ ਚਾਹ ਵੀ ਨਹੀਂ ਆਉਂਦੀ ਉਹ ਉਹ ਪੱਕਾ ਹੋ ਗਿਆ ਉਹ ਚਾਹ ਮੈਂ ਪੱਕਾ ਉਹ 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 ਇਹ ਸੰਗੀਤਾ ਬਚਨ ਆਰਾਮ ਨਾਲ ਬੈਠ ਮੈਂ ਫੋਲ ਲਾਂਗਾ ਉਹ ਆ ਰਿਹਾ ਰੋਜ਼ ਰਬਾਲੇ ਆਵੇ ਲੱਭੇ ਲੱਭ ਲੋ ਆਈ ਬੱਦ। ਓਏ ਚੁਪ ਕਾਜਾ ਪ੍ਰਾਉਣਾ ਆਇਆ ਮੈਂ ਤੈਨੂੰ ਕਹਿੰਦਾ। ਹਾਂ ਇਹ ਤਾਂ ਕਿੱਡਾ ਆਇਆ ਕਰਕੇ ਬੈਠਾ ਪ੍ਰਾਉਣੇ ਦਾ। ਹਾਂ ਅੱਗੇ ਪਿੱਛੇ ਮੈਂ ਇੱਥੇ ਕੱਲੀ ਤੋਤੀ ਬਣੀ ਹੁੰਦੀ ਆ ਅੱਗੇ ਪਿੱਛੇ ਵੀ ਮੈਂ ਹਜਾਜ ਕਰਦਾ। ਆ ਜਿੱਦਾਂ ਤੂੰ ਐਦਾਂ ਨਾ ਪਿਆਰ ਨਾ ਬੋਲਣਦਾ ਹੀ ਆ। ਐਦਾਂ ਕਿਤੇ 10 ਮਿੰਟ ਮੈਨੂੰ ਵੀ ਸਹਰਾ ਨਾ ਸਮਝ। ਮੈਨੂੰ ਵੀ ਗਫਾਰ ਦਾ ਦੋਸ ਸਮਝ ਲਾ। ਦੇਖ ਦੇ ਕਿਵੇਂ ਗੱਲਾਂ ਮਾਰਦਾ ਵਾ। ਕਿੱਦਾਂ ਗੱਲਾਂ ਮਾਰਦਾ। ਤੁਸੀਂ ਦੱਸੋ ਜੀ। ਫੇਰ ਦੱਸੋ। ਆਹ ਕਿਦਾਂ ਆਇਓ ਆ ਤਾਂ ਦੱਸਤਾ ਤੁਸੀਂ ਸ਼ੈਮਾ ਘੱਲੀਆਂ ਦਾ ਦਿਓ ਕਹਾਣੀ ਮੁਕਾਓ ਏ ਇਹ ਦਾ ਜਹੇ ਜਿੰਦਰ ਦੋਸਤ ਅੱਜ ਬੁੱਢੇ ਵੱਡੇ ਜਹਤ ਬੈਠੇ ਪੀ ਕੇ ਅਗਲੇ ਦਾ ਦੋਸਤ ਐਨ ਮਿਲ ਲਾਇਆ ਜਹਤ ਬੈਠੇ ਐ ਤਾਂ ਦੋਸਤ ਆ ਆ ਤੇਰਾ ਦੋਸਤ ਆਈ ਮੰਮੀ ਕਹਾ ਕੱਲ ਦੀ ਕਿਉਂ ਗਾਣੇ ਸੁਣੀ ਜਾਂਦੀ ਆ ਮੇਰੇ ਦੋਸਤ ਲਾਟ ਕੇ ਆ ਜਾ ਲੈ ਦੋਸਤ ਮੈਂ ਹੁੰਦਾ ਮੇਲਾ ਦੋਸਤ ਤਾਂ ਫੇਰ ਕੀ ਹੋ ਗਿਆ ਮੇਰੇ ਬੰਦੇ ਦਾ ਤਾਂ ਦੋਸਤ ਹੈਗਾ ਨਾ ਪਤਾ ਨਹੀਂ ਅੱਬੇ ਮੇਰੇ ਨੇ ਕੀ ਥੋੜੇ ਜਿ ਦੇਖ ਲਿਆ ਉਹ ਤੇਰਾ ਵਿਆਹ ਮੇਨਾ ਹੋਇਆ ਸੀ ਮੇਰੇ ਚੇ ਵੇਖ ਲਿਆ ਮੇਰੇ ਮੁੰਡੇ ਨਾਲ ਵਿਆਹੀ ਤੂੰ ਸ਼ਰਮ ਤੇ ਨਹੀਂ ਆਉਂਦੀ ਚਾ ਵੀ ਨਹੀਂ ਪਿਆਰ ਨਾਲ ਆਉਂਦੀ ਸ਼ਰਮ ਤਾਂ ਨਹੀਂ ਆਉਂਦੀ ਕਿਦਾਂ ਕੋ ਖਿਰਦੀ ਆ ਖਸਮਾ ਨੂੰ ਖਾ ਜਾ ਕੇ 24 ਘੰਟੇ ਸੇ ਮੇਰਾ ਖਸਮ ਨਹੀਂ ਆਣੀ ਮੇਰਾ ਖਸਮ ਹੀ ਆਣੀ ਬੁੱਢੀ ਮੇਰੀ ਮਰ ਗਈ ਉਹਨੂੰ ਖਾ ਲਾਂ ਜਾ ਕੇ ਚੰਗਾ ਹੋ ਗਿਆ ਮਰ ਗਈ ਵਿਚਾਰੀ ਐਸੇ ਗੱਲਾਂ ਧੱਕੀ ਮਰ ਗਈ ਖਰੇ ਆ ਮੇਰੀ ਨਾ ਜੀ ਬਹੁਤ ਪਿਆਰ ਨਾਲ ਰੱਖੀ ਮੈਂ ਹਾਂ ਜੀ ਤੇ ਇਹ ਮੇਰਾ ਸਹੁਰਾ ਜੀ ਆ ਇਹਦੀ ਲਿਆਂਦੀ ਚਾ ਯਾਰਾ ਤੂੰ ਹੀ ਪੀਲਾ ਹੰਦਾਲੇ ਦੇਖੀ ਬੱਚੀ ਲੋਣ ਪਾ ਦਿੰਦੀ ਹੈ ਦੇਖੀ ਜਰਾ ਕਿੰਨਾ ਲੋਣ ਪੀਲਾ ਦੋਸਤ ਪੀਲਾ ਮੇਰੇ ਵਾਸਤੇ ਹੋਵੇ ਤੈਨੂੰ ਜ਼ਹਿਰ ਪਾ ਦਵਾਂ ਜਿੱਥੇ ਨਾ ਤੂੰ ਹੈਗਾ ਮੈਂ ਤੇਰੇ ਵਾਸਤੇ ਇਸ ਲਈ ਤਾਂ ਪਿੰਡੋਂ ਦੂਰ ਰੱਖਿਆ ਯਾਰ ਤੂੰ ਕਿਧਰ ਘਟ ਕਰਨੀ ਆ ਓ ਚੁੱਪ ਕਰ ਜਾ ਕਿਧਰ ਬਾਕੀ ਨਾ ਚੁੱਪ ਕਰ ਜਾ ਮਾਪਣ ਆ ਜਾ ਕਿ ਉਹਦੇ ਦੋਸਤ ਨਾਲ ਗਫਾਰ ਦੇਣਾ ਬੜੇ ਭੈਰ ਨਾ ਬੋਲਦੀਆਂ ਲੇਕਨ ਕੰਮ ਕਰ ਰਹਾ ਆ ਆ 10 ਮਿੰਟ ਲਈ ਭੁੱਲ ਜਾ ਮੈਂ ਤੇਰਾ ਸੋਰਾ ਮੈਨੂੰ ਵੀ ਗਫਾਰ ਦਾ ਦੋਸਤ ਸਮਝ ਲੈ ਦੇਖ ਕਿਵੇਂ ਗੱਲਾਂ ਮਾਰਦਾ ਵਾ ਕਦਮ ਮਾਰਦਾ ਓਏ ਉਹਨੂੰ ਦਿੱਤੀ ਆ ਮੈਂ ਵੀ ਮੈਂ ਦੇਗਾ ਨਾ ਮੈਂ ਹਾਂ ਦਿਲ ਕਰਦਾ ਹਾਂ ਸਾਹ ਦਾ ਸਾਹ ਉਹ ਬੋਲੋ ਸੜੇ ਦੇ ਉੱਤੇ ਮਲਮ ਲਾਈ ਦੀ ਓ ਥੱਪੜੀ ਮਾਰੀ ਦਿਓ ਓਏ ਮੂਸਾ ਗਿਆ ਮੈਂ ਸੁੱਕ ਦਿੱਤੀ ਚਾਹ ਬਾਹਰ ਜੀ ਮੈਂ ਮਮਲਾ ਵੀ ਕਰ ਦਿੰਦੀ ਓਏ ਥਾਜੀ ਸਾਡਾ ਘਰ ਦਾ ਕਰਾਨਾ ਤੇ ਤੁਸੀਂ ਤੇ ਸਾਮਾਨ ਦੀ ਅੱਲਾ ਦੀ ਸਪੁਰਤ ਕੋਈ ਨਹੀਂ ਕੀ ਖਾਣਾ ਪੀਣਾ ਕੀ ਨਹੀਂ ਨਹੀਂ ਬੜੀ ਮਿਹਰਬਾਨੀ ਜੀ ਤੇ ਉਹ ਬਾਜੀ ਹਾਂਜੀ ਯਾਰ ਵਿੱਚ ਕਬੇ ਮੈਂ ਨਹੀਂ ਬੈਠਾ ਪਰ ਉਹਦੀ ਉਧਰ ਦੀ ਗੱਲ ਬਾਜੀ ਨਾ ਕਰੀ ਜਨਾ ਮੈਂ ਤਾਂ ਮੈਂ ਸਰਵਰਾਮ ਆ ਘਾਰਦਾ ਯਾਰ ਗੱਲ ਮੈਂ ਤੇ ਇਹ ਨਾ ਕਰਦਾ ਤੇ ਪਰੇ ਦੀ ਆ ਹੋ ਕੇ ਭੇਂਗਾਏ ਉਧਰ ਨੂੰ ਗੱਲ ਲੈ ਜਨਾ ਤੂੰ ਸਰਵਰਾ ਨਾ ਤੁਹਾਡਾ ਉਹ ਸਰਵਰਾਮ ਆ ਘਾਰਦਾ ਵੱਡਾ ਸਰਵਰ ਤੁਹਾਡਾ ਨਾ ਸਰਵਰਾਮ ਘਾਰਦਾ ਮੇਰਾ ਨਾਂ ਨਹੀਂ ਸਰਵਰ ਤੇ ਤੁਸੀਂ ਸਰਵਰ ਕਿਹਨੂੰ ਕਹਿਣ ਦਾ ਹੈ ਨਹੀਂ ਲੈ ਬੰਦਾ ਬੰਦਾ ਕਹਦਾ ਫੁੱਲਾ ਫਸਬਲ ਸਰਬਾ ਸਰਬਰਾ ਆ ਸਰਬਰਾ ਸਰਬਰਾ ਨਹੀਂ ਸਰਬਰਾ ਹੁੰਦਾ ਉਹ ਪਾਗਲ ਨੂੰ ਪਤਾ ਹੈ ਜੀ ਮੈਨੂੰ ਵੀ ਪਤਾ ਮੈਨੂੰ ਵੀ ਪਤਾ ਤੂੰ ਗੱਲ ਕਰੋ ਜੀ ਹਾਂ ਇਹਨੂੰ ਵੀ ਪਤਾ ਮੇਰੇ ਲਈ ਕੀ ਭੇਜਿਆ ਮੇਰੇ ਪੁੱਤ ਨੇ ਤੁਹਾਡੇ ਵਾਸਤੇ ਇੱਕ ਤੇ ਟੀਕਾ ਭੇਜਿਆ ਜੀ ਨਿਰੋਬਿਆਂ ਦਾ ਟੀਕਾ ਨਿਰੋਬਿਆਂ ਦਾ ਉਹ ਕਹਿੰਦੇ ਅੱਬੇ ਦੇ ਨਾ ਗੋਡਿਆਂ ਚ ਤਪਟਿਆਂ ਚ ਦਰਦਾ ਉਹ ਕਹਿੰਦੇ ਕਿ ਇਹ ਜਿਹੜਾ ਨਾ ਇੱਥੇ ਪਾਕਿਸਤਾਨ ਚ ਨੈਰੋ ਬਿਆਂ ਦਾ ਟੀਕੇ ਉਹ ਨਾ ਲੱਭਦੇ ਹਾਂ ਉਹ ਉੱਥੇ ਠੀਕ ਆ ਮੈਂ ਤੈਨੂੰ ਨਾ ਇੱਥੋਂ ਹੁਣੇ ਗਿਰੋ ਬਿਆਂ ਫੜ ਲੈਣਾ ਤੇ ਤੈਨੂੰ ਮੈਂ ਟੀਕਾ ਕਹਿਣੀ ਗੱਲਾਂ ਮੇਰੇ ਕੋਲੇ ਮੈਂ ਤੈਨੂੰ ਲਗਾ ਬਈ ਮੈਂ 10 ਮਿੰਟ ਤੇ ਦੋ ਪੰਜ ਸੱਤ ਵਾਰੀ ਡੇਗ ਪਿਆ ਬੈਠਾ ਬੈਠਾ ਬਈ ਟੀਕਾ ਮੈਂ ਕੀ ਕਰਨਾ ਭਈ ਉੱਥੋਂ ਸੌਤੀਆ ਤੋਂ ਟੀਕੇ ਕਰ ਲੰਦੇ ਮੈਨੂੰ ਤਾਂ ਉਹਨੇ ਹੁਣ ਭੇਜਿਆ ਆ ਕਿਉਂ ਸਾਈ ਟੀਕਾ ਹਾਂਜੀ ਬਈ ਪੀ ਲਾਤ ਹਾਂ ਆ ਇਹ ਲਾ ਆ ਇਹ ਲਾ ਆ ਇਹ ਟੀਕਾ ਟੀਕਾ ਮੈਂ ਟੀਕਾ ਲਗਾ ਟੀਕਾ ਮੈਨੂੰ ਲੋਹ ਮਾਰਨ ਨੂੰ ਮਾਰਨ ਲੋਹ ਮਾਰ ਓਏ ਆਹ ਪਾਗਲਾ ਕਿਤੇ ਮੁੜ ਜਾ ਤੇਰਾ ਬੇੜਾ ਕਰਕੇ ਆ ਤੇਰਾ ਕਿਉਂ ਮੇਰੇ ਘਰ ਤੋਂ ਕਰਕੇ ਆ ਨਾ ਛੇੜ ਉਹਨੂੰ ਨਾ ਖ ਨਾ ਛੇੜ ਨਹੀਂ ਮੈਨੂੰ ਪਹਿਲੇ ਇਹ ਦੱਸ ਉਹਨੂੰ ਭੇਜੇ ਲੱਗੇ ਖਿਆਲ ਦੀ ਆ ਵੀ ਪਿਓ ਲਈ ਮੈਂ ਨੇਰੋ ਬਿਆਂ ਦਾ ਟੀਕਾ ਕਰ ਲੰਨੇ ਆ ਤਤਨੂਲੇ ਅਲੱਗੇ ਖਿਆਲ ਨਹੀਂ ਆ ਪਈ ਉਹਦਾ ਪਿਓ ਆ ਤਾਂ ਮੈਂ ਕੀ ਲੱਗ ਜਾ ਨਹੀਂ ਬਜ਼ੁਰਗਾ ਨੂੰ ਇਹ ਚੀਜ਼ ਦੀ ਲੋੜ ਹੁੰਦੀ ਤੇ ਬਾਜੀ ਤੁਹਾਡਾ ਜਿਹੜਾ ਪੁਰਾਣਾ ਮੋਬਾਈਲ ਆ ਨਾ ਬਾਜੀ ਨੇ ਤੁਹਾਨੂੰ ਲੈ ਕੇ ਦਿੱਤਾ ਹੈ ਸੀਗਾ ਜਿਹੜਾ ਉਹਨਾਂ ਨੇ ਕਿਹਾ ਸੀਗਾ ਕਿ ਕਿਸੇ ਨੂੰ ਦੱਸੀ ਨਾ ਚੋਰੀ ਕੋਲ ਰੱਖੀ ਬੈਲ ਕੀ ਪੁਰਾਣਾ ਕੇ ਬਾਜੀ ਕੋ ਮੋਬਾਈਲ ਆ ਨਾ ਜਿੱਲੇ ਗਫਾਰ ਆਇਆ ਸੀ ਨਾ ਸਾਲ ਪਹਿਲੇ ਤੇ ਉਹ ਮੋਬਾਈਲ ਲੈ ਕੇ ਦੇ ਆ ਗਏ ਦੇ ਗਿਆ ਸੀ ਨਾ ਬਾਜੀ ਨੂੰ ਉੱਤੋਂ ਹੀ ਬਾਜੀ ਵੀਡੀਓ ਕਾਲ ਕਰਦੀ ਗਫਾਰ ਨੂੰ ਹਾਂ ਮੈਂ ਕਿਹਾ ਬਾਜੀ ਜੀ ਇਹ ਤੁਹਾਡੇ ਕੋਲ ਮੋਬਾਈਲ ਸੀਗਾ ਮੇਰਾ ਪੁੱਤਰ ਦਾ ਘੱਲਿਆ ਹੋਇਆ ਆ 2 ਮਹੀਨੇ ਤੋਂ ਮੈਂ ਪੀਸੀਓ ਤੇ ਖੱਜਲ ਹੋਣ ਦੇ ਆ ਸਾਰਾ ਤੇਰਾ ਕਾਲ ਕਰਨ ਤੋਂ ਮੇਰੇ ਕੋ ਵੀ 3 ਰੁਪਏ ਕਿਤੇ ਇੱਕ ਕਾਲ ਦੇ ਲੈ ਲਿਆ ਕਰ ਚੋਰੀ ਮੋਬਾਈਲ ਇਹ ਤੂੰ ਘੱਲਿਆ ਨਹੀਂ ਨਹੀਂ ਉਹ ਜਿੱਲੇ ਸਾਲ ਪਹਿਲੇ ਆਇਆ ਸੀ ਲੈ ਕੇ ਦੇ ਕੇ ਗਿਆ ਸੀ 사우ਦੀਆ ਚੋਂ ਲੈ ਕੇ ਆਇਆ ਸੀ ਮੈਂ ਹੀ ਉਥੋਂ ਲੈ ਕੇ ਦਿੱਤਾ ਸੀ ਉਹਨੂੰ ਅਸੀਂ ਰਲ ਕੇ ਲੈ ਕੇ ਆਏ ਸੀ ਇਹ ਦੋਸਤ ਹਾਂਜੀ ਹਾਂਜੀ ਆਪਣੀ ਇਮਾਨਦਾਰੀ ਨੇ ਦੱਸੀ ਤੈਨੂੰ ਸ਼ੱਕ ਨਹੀਂ ਪੈਂਦਾ ਵੀ ਮੇਰਾ ਨਹੀਂ ਜੰਮਿਆ ਗਫਾ ਨੇ ਦੱਸਦਾ ਤਾਂ ਇਹ ਹੀ ਸੀਗਾ ਕਿ ਤੁਹਾਡੇ ਬਾਰੇ ਚ ਦੱਸਦੇ ਆ ਕਿ ਮੇਰੇ ਬਾਰੇ ਜੇ ਸਿਰ ਤੇਨੂੰ ਬਿਮਾਰੀਆਂ ਦੱਸਿਆ ਵੀ ਇਹ ਟੀਕਾ ਲੈ ਜਾ ਪਿਓ ਲਈ ਉਧਰ ਮੋਬਾਈਲ ਬਾਜੀ ਲਈ ਤੇ ਅੱਬਾ ਜੀ ਜੇ ਨਾ ਕੱਲ ਦਫੇ ਵੀ ਤੁਸੀਂ ਗੱਲ ਕਰਨੀਆਂ ਸੀ ਇਹ ਇਹ ਮੋਬਾਈਲ ਚ ਕੰਨ ਹੈ ਜੀ ਹਾਂ ਜੀ ਹਾਂ ਜੀ ਹੈਗੀ ਗੱਲ ਹਾਂ ਜਾ ਲਈ ਜਾ ਤ ਹਾਂ ਏਦਾਂ ਕਰੋ ਬਾਜੀ ਦੇ ਨਾਲ ਲਾਓ ਕਮਰੇ 'ਚ ਜਾ ਕੇ ਡੱਕ ਲਾ ਲਾ ਤਾਂ ਉਥੇ ਨੱਚੀ ਮਸਤਾ ਮੁੰਜੇ ਮਸਤ ਮਾਹੌਲ ਵਿੱਚ ਜੀਣੇ ਦੇ ਮੰਨਣ ਜੀਣੇ ਦੇ ਗਾਲਾਂ ਨਾ ਚੱਲਣ ਦੇ ਬਾਬਾ ਜੀ ਇਹ ਚਾਰ ਚਾਰੇ ਸਾਈਨ ਕੋਟੀ ਕੁੱਟੀ ਚ ਵਿਚਾਰਨ ਬਦਵਾਵਾ ਦਾ ਤੈਨੂੰ ਇਹ ਚਾਰਜ ਕਿੱਥੇ ਕਰਦੀ ਮੋਬਾਈਲ ਮੈਨੂੰ ਕੋੜੀ ਨਜ਼ਰ ਆਇਆ ਤੇਰਾ ਮੋਬਾਈਲ ਇਹ ਜੰਮਿਆ ਮੇਰਾ ਆਇਆ ਮੈਂ ਤੇਰੇ ਨਾਲ ਮੋਬਾਈਲ ਤੈਨੂੰ ਕੱਲੇ ਤੇ ਪਿਓ ਲੂ ਟੀਕੇ ਉਹ ਕੱਲੇ ਟੀਕੇ ਨਹੀਂ ਭੇਜੇ ਬਾਬਾ ਜੀ ਤੁਹਾਡੇ ਵਾਸਤੇ ਗਫਾਰ ਨੇ ਨਾਲ ਉਹਨੇ ਬਵਾਸੀਰ ਦੀ ਟਿਊਬ ਵੀ ਭੇਜੀ ਆ ਹਾਂ ਉਹ ਇਹ ਹੈ ਕਿ ਤੁਹਾਡਾ ਸਾਲ ਨਿਕਲ ਜਾਣਾ ਟਿਊਬ ਨਾਲ ਉਹ ਕਿਦਾਂ ਮੈਂ ਐਡੀ ਵੱਡੀ ਆ ਉਹ

ਲੋਕਾਂ ਲਈ ਪੈਂਸਲੀਰ ਦੀ ਟੂਪ ਆਉਂਦੀ ਆ ਕਿਸੇ ਲਈ ਅੱਖਾਂ ਦੀ ਟੂਪ ਆਉਂਦੀ ਮੇਰੇ ਲਈ ਬਵਾਸਾ ਹਾਂ ਤਾਂ ਸਹੀ ਆ ਨਾ ਉਹਨੂੰ ਪਤਾ ਆ ਕਿ ਮੇਰਾ ਅੱਬਾ ਬਿਮਾਰ ਆ ਜੋ ਇਸ ਚੀਜ਼ ਦੀ ਲੋੜ ਹੈ ਤੈਨੂੰ ਮਰ ਜਾ ਉਸ ਚੀਜ਼ ਦੀ ਕੱਲੀ ਆ ਲੈ ਇਹਦੀਆਂ ਦਵਾਈਆਂ ਆ ਨਾ ਮੈਂ ਤੁਰਿਆ ਫਿਰਦਾ ਮਨਾਂ ਮੇਰੇ ਤਾਂ ਘਰ ਚ ਕੁਝ ਵੀ ਨਹੀਂ ਰੱਖਿਆ ਟੂਪ ਟੂਪ ਮੈਂ ਲਾਵਾਂਗਾ ਅੱਜ ਜੱਟ ਲੱਗੀ ਨਾ ਉਧਰ ਟੂਪ ਮੈਂ ਲਾ ਕੇ ਰਾਬ ਆਏਗਾ ਕੋ ਚੱਜ ਦੀ ਸ਼ਾਇ ਨਹੀਂ ਕੱਲੀ ਘਰ ਨੇ ਚੱਜ ਦੀ ਸ਼ਾਇ ਕੱਲੀ ਹੈ ਉਹ ਦੇਣਾ ਬਾਜੀ ਹਾਂਜੀ ਤੁਹਾਡੇ ਵਾਸਤੇ ਨਾ ਇਟਲੀ ਦਾ ਬਣਿਆ ਹੈ ਨਾ 사우ਦੀਆ ਚੋਂ ਲਿਆਇਆ 5 ਤੋਲੇ ਦਾ ਸੋਨੇ ਦਾ ਸੈੱਟ। ਇਹ ਸੱਚੀ? ਹਾਂਜੀ 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 ਮੇਰੇ ਕੋਲ ਇਸ ਬੈਗ ਚ। ਆਰਲੇਟ ਯਾਰ। ਹਾਂ? ਤੋਲੇ ਦਾ ਚਾਟ। ਕਾਸ਼ ਕਿਤੇ ਮਾਂ ਵੀ ਬਾਜੀ ਹੁੰਦਾ। ਹਾਂ? ਸੋਨੇ ਦਾ ਸੱਟ ਇਟਲੀ ਦਾ ਬਣਿਆ? ਜੀ ਜੀ। ਮੇਰੇ ਲਈ ਪੈਂਸਰੇ ਦੀ ਬੜੀ ਹੋਈ ਬਾਬਾ ਸੀੜ ਦੀ ਟੂਪ। ਓ ਜੀ ਓ ਕੁਫਾਰਾ। ਹਾਂਜੀ ਅੱਪੂ ਜੀ। ਆ ਉਹਨੇ ਹਾਂ ਕੀਤੀ ਆ। ਓ ਕੁੱਤਾ ਭੌਂਕਦਾ। ਦੇੋ ਦੋ ਸੌ ਸੋਨੇ ਦਾ ਸੈਟ ਇਟਲੀ ਦਾ ਇਹ ਬੈਗ ਚ ਹੀ ਹੈ ਸਾਰੀਆਂ ਤੁਹਾਡੀਆਂ ਚੀਜ਼ਾਂ ਨੇ ਜੀ ਕਿ ਜਾਵਾ ਹਾਂਜੀ ਬੈਗ ਤਾਂ ਤੇਰਾ ਉਹਨੇ ਅੰਜ ਤਿਆਰ ਕੀਤਾ ਜਿਵੇਂ ਪਤਾ ਨਹੀਂ ਉਹਦੀ ਬੁੱਢੀ ਰਖਰੇ ਪਹਾੜ ਤੋਂ ਜੰਪ ਮਾਰਨਾ ਪਾ ਕੇ ਪਿੱਛੇ ਪੈਰਾਸ਼ੂਟ ਬੰਨਨੇ ਆ ਬਾਜੀ ਨਾਲ ਨਾ ਇਹਦੇ ਚ 2.5 ਲੱਖ ਰੁਪਇਆ ਹੈ ਬਾਜੀ 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 ਤੇ ਹੈ ਕਹਿੰਦਾ ਜੇ ਮੈਂ ਪਤਾ ਨਹੀਂ 2-400 ਦੇ ਲਗਾਉ ਤਾਂ ਸੋਨੇ ਦਾ ਸੈਟ ਇੱਥੇ ਸਾਰਾ ਮੈਡੀਕਲ ਸਟੋਰ 깔ਤਾ ਮੈਂ ਕਿਹਾ ਅੱਬਾ ਜੀ ਦੋ ਮਿੰਟ ਚੁੱਪ ਕਰੋਗੇ ਮੈਂ ਅੱਗੇ ਕੋਈ ਤਾਂ ਬੋਲਣੇ ਆ ਮੋਤੇ ਤਾਂ ਇਸ਼ਾਰੇ ਨਾਲ ਗੱਲਾਂ ਕਰਨੇ ਆ ਗੱਲਾਂ ਨਹੀਂ ਕਰ ਰਿਆ ਬਸ ਤਸਵੀਰ ਆ ਰਹੀ ਐ ਇਹਨਾਂ ਦੀ ਤੇ ਬਾਜੀ ਉਹ 2.5 ਲੱਖ ਰੁਪਇਆ ਵਿੱਚ ਐ ਅੱਛਾ ਜੀ ਤੇ ਉਹਦਾ ਤੁਸੀਂ ਇੱਕ ਮਿੰਟ ਇੱਥੇ ਬਾਜੀ ਨਾਲ ਰਾਬਤਾ ਤੋੜ ਉਹ ਜਿਹੜਾ ਵਿੱਚ 2.5 ਲੱਖ ਆ ਹਾਂ ਸਰਵਰਾ ਦਾ ਸਰਵਰ ਕੌਣ ਹਾਂ ਸਰਵਰਾ ਦਾ ਘਰ ਦੇ ਸਰਵਰਾ ਦਾ ਬਾਜੀ ਨੇ ਆਪਣੇ ਕਮਰੇ 'ਚ ਏਸੀ ਲਵਾਉਣਾ ਆ ਬਾਜੀ ਨੇ ਪਰਸੋਂ ਫੋਨ ਕਰਕੇ ਕਿਹਾ ਸੀਗਾ ਕਿ ਮੇਰੇ ਵਾਸਤੇ ਪੈਸੇ ਭੇਜ ਮੈਂ ਏਸੀ ਲਵਾਉਣਾ ਆ ਹਾਂਜੀ ਗਫਾਰਾ ਹਾਂਜੀ ਅੱਪੂ ਜੀ ਆਇਆ ਜਵਾਬ ਸੁਣ ਲੋ ਬਾਜੀ ਨੇ ਏਸੀ ਲਵਾ ਲਾ ਹਾਂਜੀ ਹਾਂਜੀ ਮੈਨੂੰ ਕਿਤੇ ਨੁਕਰੇ ਲਵਾ ਦੇ ਟੁਕਵਾ ਕੇ ਏਸੀ ਵਾਸਤੇ 2.5 ਲੱਖ ਰੁਪਇਆ ਕੱਲਿਆ ਹਾਂਜੀ ਹਾਂਜੀ ਤੇ ਆ ਸਾਲੇ ਨੂੰ ਪੁੱਛ ਕੇ ਆ ਆ ਪੱਖੇ ਦੀ ਤਾਰ ਟੁੱਟੀ ਆ ਕਦੋਂ ਦੀ ਉਹ 300 ਰੁਪਇਆ ਮੰਗਦਾ ਤਾਰ ਪਾਉਂਦਾ ਇਹ ਕਿੱਥੋਂ ਪਾਉਣੀ 2.5 ਤੂੰ ਲੈ ਕੇ ਆ ਗਿਆ ਤੂੰ ਨਹੀਂ ਕਿਹਾ ਭਾਈ ਤੇਰੇ ਪਿਓ ਆ ਸਕੀ ਆ ਤੂੰ ਇਦਾਂ ਦਾ ਦੋਸਤ ਆ ਓਏ ਹੋਏ ਹੋਏ ਇਹ ਪੁੱਤਨ ਕੁਪੁੱਤ ਹੋ ਜਾਂਦੇ ਆ ਬਾਜੀ ਨਾਲੇ ਮੈਂ ਤੁਹਾਨੂੰ ਏਸੀ ਲਵਾ ਕੇ ਦਿੰਨਾ ਨਾਲੇ ਤੁਹਾਨੂੰ ਮੈਂ ਨਾ 150 ਦੀ ਨਵੀਂ ਤਾਰ ਆਉਣੀ ਆ ਤਾਂ ਮੈਂ ਪਵਾ ਦਊਗਾ ਨਾ 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 اے ਮੇਰੇ ਤੇ ਇਹਾਸਾਨ ਦਾ ਕਰ ਉਹਦੇ 2.5 ਲੱਖ ਦਾ ਐ ਸੀ ਮੈਨੂੰ 150 ਦੀ ਤਾਰ ਪੱਕੇ ਦੀ ਹਾਂ ਹਾਥਮ ਤਾਈ ਤੇ ਦੋਸਤ ਤੂੰ ਵੀ ਤਾਂ ਉਹਦਾ ਹੀ ਦੋਸਤ ਆ ਨਾ ਬਾਜੀ 2 ਲੱਖ ਦਾ ਐਸੀ ਲੱਗ ਰਿਹਾ ਮੈਂ ਕਿਹਾ ਬਾਜੀ ਕਹਦੇ ਇੱਥੇ ਵੀ ਹੁਣੇ ਮੇਰੀ ਮਾਂ ਦੀ ਦੁਆਵਾ ਜਿੱਦਾਂ ਤੁਰਦੀ ਫਿਰਦੀ ਕਹਿੰਦੀ ਨਹੀਂ ਹੁੰਦੀ ਪੱਖਾ ਐਸੀ ਲੈ ਕੇ ਦਿੱਤਾ ਇਹ ਮੇਰੀ ਮਾਂ ਦੀ ਦੁਆ ਮਾਂ ਦੀ ਦੁਆ ਮੈਂ ਉਹਦੇ ਬੱਚਿਆਂ ਦੀ ਮਾਂ ਦੋਸਤ ਦੇ ਅੱਗੇ ਤਾਂ ਕੀ ਦੇਣਾ ਉਹਨੂੰ ਤੇ ਹਾਂਜੀ ਭਾਜੀ ਤੂੰ ਲਵਾ ਕੇ ਦੇਣਾ ਐਸੀ ਹਾਂਜੀ ਭਾਜੀ ਉਹ ਜਿਹੜਾ ਤੁਹਾਨੂੰ ਮੋਬਾਈਲ ਹੈ ਨਾ ਤੁਹਾਡਾ ਕੋਈ ਯਾਰਾ ਤੇਰਾ ਉਧਰਲਾ ਹੱਥ ਖਰਾਬ ਆ ਇੱਧਰ ਨੂੰ ਨਹੀਂ ਆਉਂਦਾ ਮੇਰੇ ਨਾਲ ਐਸੀ ਕੋਈ ਹੱਥ ਨਾਲ ਉਧਰ ਗੱਲਾਂ ਕਰੀ ਜਾਂਦਾ ਨਹੀਂ ਉਹ ਅਸਲ 'ਚ ਸਮਾਨ ਸਾਰਾ ਉਹਨਾਂ ਦਾ ਆਇਆ ਤੇ ਉਹ ਬਾਜੀ ਤੁਹਾਡਾ ਤੁਹਾਡਾ ਨਾ ਫੋਨ ਬਾਜੀ ਨੇ ਫਾਈ ਗਫਾਰ ਨੇ ਨਵਾਂ ਲੈ ਕੇ ਭੇਜਿਆ ਹੈ ਹਾਂ ਅੱਛਾ ਜੀ ਉਹ ਪੁਰਾਣਾ ਫੋਨ ਤੁਸੀਂ ਮੈਨੂੰ ਦੇ ਦੇਣਾ ਉਹ ਮੈਂ ਵੇਚ ਦਊਂਗਾ ਇੱਥੇ ਕਿਤੇ ਤੇ ਆ ਹੁਣ ਤੁਸੀਂ ਆਈਫੋਨ ਨਵਾਂ ਆਇਆ ਤੁਹਾਡੇ ਵਾਸਤੇ ਉਹ ਆਈਫੋਨ 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 ਅੱਜ ਮਤੇ ਕੋ ਜੈਲਸ ਹੋ ਰਿਹਾ ਕਾਸ਼ ਕਿਤੇ ਤੂੰ ਮੈਨੂੰ ਵਿਆਹ ਕੇ ਲਈ ਹੁੰਦੀ ਤੇ ਮੈਂ ਇਸ ਘਰ ਦੀ ਨਾ ਹੁੰਦੀ ਮੈਂ ਬਾਜੀ ਹੁੰਦੀ ਤੇ ਤੂੰ ਤੂੰ ਸਰਵਰਾ ਹੁੰਦਾ ਹਾਂਜੀ ਮੇਰਾ ਮੁਕੱਦਰ ਚੰਗਾ ਹੈ ਮੇਰਾ ਬੰਦਾ ਚੰਗਾ ਵਾ ਬੋ ਆਈ ਨਾ ਚੰਗਾ ਇਨਾ ਦਾ ਮੈਂ ਜੰਮਿਆ ਵੀ ਨਹੀਂ ਚੰਗਾ ਜਿੰਨਾ ਤੇ ਨਹੀਂ ਚੰਗਾ ਹੋ ਜਾਂਦਾ ਆ ਲੈ ਆ ਦੇਖ ਲੈ ਪਿਆਵਾ ਜਿਹੜਾ ਆਪਣੇ ਪੁੱਤ ਨੂੰ ਕਹਿ ਰਿਹਾ ਮੈਂ ਪੁੱਤ ਨਹੀਂ ਚੰਗਾ ਜੰਮਿਆ ਬਾਜੀ ਆ ਪਿਛਲੇ ਸਾਲ ਜਦੋਂ ਆਏ ਸੀ ਹਾਂ ਨਵਾਂ ਪੱਖਾ ਲਵਾ ਕੇ ਦੇ ਕੇ ਗਏ ਤੁਹਾਨੂੰ ਹਾਂ ਤੇ ਮੈਂ ਤੁਹਾਨੂੰ ਹਾਂਜੀ ਤੇ ਮੈਂ ਲਵਾ ਕੇ ਦਿੱਤਾ ਸੀ ਆ ਆ ਆ ਬਾਦਲ 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 ਨਾ ਚਬੜਾ ਬਾਦਲ ਪੈ ਚੱਲ ਕੇ ਅੱਖ ਤਾਂ ਖੋਤੀ ਤੇ ਆ ਪੁੱਤ ਕਿਹੜਾ ਬਾਦਲ ਓਏ ਕਿਹੜਾ ਬਾਦਲ ਬਾਦਲ ਤੂੰ ਤੂੰ ਬਾਦਲ ਓ ਲੋ ਪੱਕਾ ਅਸ਼ੀਰਵਾਦ ਸੋਬਲਾ ਸੋਬਲਾ ਬਕੋ ਆ ਬਕੋ ਨਾਲ ਬਿਠਾਏ ਨੂੰ ਸਾਈਂ ਜਾ ਕੇ ਹਾਏ ਗਫਾਰਾ ਹਾਏ ਗਫਾਰਾ ਹਾਂ ਹਾਂਜੀ ਅੱਪੂ ਜੀ ਦੋਸਤੋ ਬੋਲੋ ਆਂਦੀ ਗਵਾਂਦੀ ਤੰਗ ਆ ਰਹੀ ਆ ਤੁਹਰ ਤੋਂ ਹਾਂ 12 ਸਾਲ ਹੋ ਗਏ ਤੈਨੂੰ ਐਸਾ ਘਰ ਦੀ ਆਈ ਤੇ 12 ਸਾਲ ਤੋਂ ਮੈਂ ਤਾਂ ਤੈਨੂੰ ਇਹ ਕਹਿੰਨਿਆ ਕੀ ਤੇ 12 ਸਾਲ ਹੀ ਹੋ ਗਏ ਮੈਨੂੰ ਤੁਹਾਨੂੰ ਦੇਖਦੇ ਆ ਇਹ ਜਿਹੜੀ ਤੁਹਾਡੀ ਲੜਾਈ ਹੈ ਨਾ ਜੀ ਹਾਂ ਜੀ ਇਹ ਰਹਿ ਗਈ ਸਿਰਫ 1 ਮਹੀਨੇ ਦੀ ਇਸ ਘਰ ਚ ਸਕੂਨ ਹੋ ਜਾਣਾ ਸ਼ੁਕਰ ਮਾਲਕਾ ਆਮੀਨ ਆਮੀਨ ਭਜੀਓ ਕਿਵੇਂ ਆ ਸਵਾਬ ਇਸ ਘਰ ਚ ਸਕੂਨ ਹੋ ਜਾਣਾ ਆਮੀਨ ਕਿਉਂਕਿ ਵੀਜ਼ੇ ਬਣ ਗਏ ਨੇ ਆਮੀਨ अच्छा आ भी आ आ ਹੁੰਦਾ ਇਹ ਮੇਰਾ ਪੁੱਤ ਸੀ ਜਿਹਨੇ ਖਿਆਲ ਕੀਤਾ ਵੀਜ਼ਾ ਬਣਾ ਲਤਾ ਤੂੰ ਮਾਰ ਇਥੇ ਤੂੰ ਰਾਲਾ ਇਹ 3 ਸਾਲ ਦਾ ਵੀਜ਼ਾ ਲੱਗਾ ਜੀ acha ماشਾਅੱਲਾ ਮੈਂ ਦਵਾ ਤਾਂ ਮੈਂ 5 ਸਾਲ ਦੀ ਕਰਦਾ ਰਿਹਾ اچھا ਕਮਨ ਕਿ 5 ਸਾਲ ਘਟੋ ਘਟ ਦੇਖੋ ਨਾ ਨਾ ਚਲਦੀ 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 ਯਾਰ ਰਾਲਾ ਫਿਰ ਬਾਜੀ ਨੂੰ ਸਮਝਾ ਜਾ ਭਾਜੀ ਹਟ ਜਾ ਤੇ ਉਹ ਆ ਕਿ 3 ਸਾਲ ਦਾ ਵੀਜ਼ਾ 60 60 60 ਮੇਰੀ ਸੜਦੀ ਜੁੱਤੀ ਬਾਜੀ ਤੁਸੀਂ ਹਾਂਜੀ ਤੇ ਤੁਹਾਡਾ ਭਰਾ ਮੇਰਾ ਭਰਾ ਹਾਂਜੀ ਦੋਨੋਂ ਹਾਂਜੀ 1 ਮਹੀਨੇ ਬਾਅਦ 사우ਦੀ ਅਰਬ ਜਾ ਰਹੇ ਹੈ ਸੱਚੀ ਹਾਂਜੀ ਵੀਜ਼ੇ ਬਣ ਗਏ ਨੇ ਅੱਜ ਬਾਜੀ ਆ ਤੇਰੇ ਨਿਸ਼ਾਨੇ ਤੇ ਲਾ ਵੀ ਬਾਜੀ ਦੇ ਐਦਾਂ ਦੇ ਗਫਾਰ ਦੇ ਦੋਸਤ ਉਹਨਾਂ ਤੇ ਬਾਜੀਆਂ ਤੇ ਇਹ ਚੱਲੇ ਨੇ 1 ਮਹੀਨੇ ਬਾਅਦ ਇਹ ਤੇ ਇਹਦਾ ਭਰਾ ਹਾਂਜੀ ਚਲਾ ਚੰਗਾ ਆਇਆ ਮੇਰੀ ਜਾਨ ਚੁੱਕੀ ਗਫਾਰ ਦੇ ਕੋਲ ਸੌਦੀਆ ਤੁਸੀਂ ਕੱਲੇ ਮੋਜਾਂ ਮਾਣੀਓ ਇੱਥੇ ਅੱਛਾ ਇਹਦਾ ਭਰਾ ਤੇ ਇਹ ਜਾ ਰਿਹਾ ਹਾਂਜੀ 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 3 ਸਾਲ ਦਾ ਵੀਜ਼ਾ ਬਾਹਰ ਦੇ ਲੈ ਹਾਂਜੀ ਲਾ ਸਾਡੇ ਤਾਂ ਪਹਿਲੇ ਤੂੰ ਤਾਂ ਪਹੁੰਚ ਗਿਆ ਬਾਹਰ ਵਾਪਸ ਵੀ ਆ ਗਿਆ ਇੱਕ ਵਾਰੀ ਫੇਰ ਚਲ ਜਾ ਬਾਹਰ ਉਹ ਦੋ ਬੰਦੇ ਅਗਰ ਵਾਰੀ ਫੇਰ ਚਲ ਜਾ ਚੱਲ ਚੱਲ ਲੈ ਬਾਦੂ ਬੁਲਗਾ ਓਏ ਬਾਹਰ ਦਾ ਮੁਲਕ ਚੱਲੇ ਆ ਵਿਆਹ ਨਹੀਂ ਚੱਲੇ ਲਾ ਪਕਲ ਹੋ ਗਿਆ ਪਹਲਾ ਗਿਆ ਤੇ ਪਕਲ ਹੋ ਗਿਆ ਮੈਂ ਕਰ ਲੈਣਾ ਗੱਲ ਆ ਆ ਆ ਆਪਣਾ ਮੋਬਾਈਲ ਲਿਆ ਨਾ ਕੱਢ ਕੇ ਮਾਜਾ ਤੇਰੇ ਭਰਾ ਨਾਲ ਗੱਲ ਕਰਾ ਐ ਨਹੀਂ ਮੇਰਾ ਮੋਬਾਈਲ ਦੋਸਤਾ ਹਾਂਜੀ ਆ ਆ ਜਾ ਨੰਬਰ ਬਤਾਈਏ ਨਾ ਭਾਈ ਬਲਾ ਬਲਾ ਆ ਅਜੀ ਜੀ ਲੋ 300 ਆ ਇੱਕ ਦੋ ਤੈਂਜਾ ਬਾਸ਼ਾ 72 1 ਇੱਕ ਦੋ ਜੈਤਾ 572 ਮੁਲਾਇਆ ਨਬਰ ਮੈਂ ਤੈਨੂੰ ਪੈਦਾ ਬਾਾਰ ਬਾਜੀ ਤੈਨੂੰ ਪੈਦਾ ਬਾਾਰ ਆ ਜਾਣਾ ਮੈਂ ਤੈਨੂੰ ਮੈਂ ਕਹਿੰਦਾ ਪੈਦਾ ਮੈਂ ਬੋਲਦਾ ਹਾਂ ਐ ਐ ਖੜਾ ਪੜੀ ਇੱਥੇ ਆ ਮੇਰੀ ਗੱਲ ਸੁਣ ਖੜਦਾ ਏ ਤਾਇਆ ਤਾਇਆ ਆ ਘਰ ਆ ਜਾ ਓ ਘਰ ਆ ਤੂੰ ਬਾਜੀ ਨਾਲ ਗੱਲ ਕਰਾ ਸਾਰੇ ਬਾਜੀ ਹੋਈ ਗੱਲ ਕਰੀ ਜਾਂਦੇ ਮੈਂ ਸਰਵਨਾ ਨਹੀਂ ਮੈਂ ਨਾਲ ਗੱਲ ਕਰਨੀ ਮਾਂ ਕਹਿੰਦਾ ਘਰ ਆ ਓ ਲੈ ਆਪਣਾ ਓ ਲੈ ਆ ਆਇਆ ਇਹ ਕਿਨੂੰ ਕੀਤਾ ਫੋਨ ਇਹ ਤੇ ਭਰਾ ਨੂੰ ਮੇਰੇ ਭਰਾ ਨੂੰ ਸਾਲੇ ਨੂੰ ਕਿਹਦੇ ਨੂੰ ਸਾਲੇ ਨੂੰ ਸਾਲਾ ਹੀ ਆ ਕਿਹਦਾ ਸਾਲਾ ਮੇਰੇ ਮੁੰਡੇ ਦਾ ਸਾਲਾ ਹਾਂ ਮੇਰਾ ਦਾਦੇ ਵੇਦਾਂ ਜੀ ਸ਼ਰਮ ਤਾਂ ਨਹੀਂ ਹੁੰਦੀ ਆ ਨਾ ਚਾਹ ਵੀ ਨਹੀਂ ਪਿਆਰ ਨਾਲ ਹੁੰਦੀ ਬਾਜੀ ਸ਼ਰਮ ਨਹੀਂ ਹੁੰਦੀ ਕਿਦਾਂ ਨੀ ਪੁੱਟਿਆ ਚੱਲੇ ਬਾਹਰ ਆਹ ਕਹ ਬੋਲ ਕੇ ਜਾ ਲੈ ਬਾਹਰ ਬਾਹਰ ਚੱਲੇ ਆ ਆ ਚਲੀ ਬਾਹਰ ਮੈਂ ਸਾਈ ਦੀ ਦੁਆ ਲੱਗੀ ਮੈਨੂੰ ਓਏ ਓਏ ਮਰ ਜਾ ਬਾਜੀ ਉਹ ਤੇਰੀ ਵੀ ਬਾਜੀ ਉਹਦੀ ਵੀ ਬਾਜੀ ਮੇਰੀ ਕੀ ਆ ਤੇ ਚਾਚੀ ਮੇਰੀ ਚਾਚੀ ਉਹ ਚਾਚੀ ਚਾਚੀ ਤੁਹਾਡੀ ਤੋਂ ਬੋਜੋ ਬੁਜੀ ਲੈ ਕਿਵੇਂ ਰੌਲਾ ਪਾਉਂਦਾ ਵਾ ਇਹ ਤੂੰ ਇਹ ਬਾਹਰ ਲੈ ਤੂੰ ਲੈ ਕੇ ਜਾਣਾ ਤੇਰੇ ਨਾਲ ਜਾਊਗੀ ਨਹੀਂ ਨਹੀਂ ਮੇਰੇ ਨਾਲ ਨਹੀਂ ਜਾਣਾ ਜੀ ਹਾਂ ਇਹਨਾਂ ਦਾ ਵੀਜ਼ਾ ਤਿਆਰ ਪਿਆ ਸਭ ਕੁਝ ਬਸ ਉਹਨੇ ਟਿਕਟਾਂ ਕਰਾਉਣੀਆਂ ਨੇ ਤੇ ਮੇਰਾ ਕੀ ਆ ਮੇਰੇ ਲਈ ਕੀ ਆ ਫਿਰ ਤੁਹਾਨੂੰ ਮੈਂ ਦੋ ਕੁਕੜੀਆਂ ਲੈ ਦੇਣਾ ਜੀ ਆ ਮੈਨੂੰ ਦੋ ਕੁਕੜੀਆਂ ਲਾ ਦੇ ਹਾਂਜੀ ਹਾਂਜੀ ਤਾਜ਼ੇ ਅੰਡੇ ਖਾਈਓ ਆ ਤਾਜ਼ੇ ਹਾਂਜੀ ਹਾਂ ਐਨੀ ਉਮਰ ਬੁੱਸੇ ਅੰਡੇ ਖਾ ਖਾ ਕੇ ਹੋ ਗਈ ਮਤਲਬ ਐਨੀ ਉਮਰ ਕੱਦਣਾ ਹੋ ਗਈ ਮੈਂ ਇੱਥੇ ਕੁਕੜੀਆਂ ਪਾਲਾਂ ਹਾਂਜੀ ਹਾਂਜੀ ਇਹ ਉੱਥੇ ਬਾਹਰ 사우ਦੀਆ ਹਾਂਜੀ ਆ ਮੈਂ ਕਹਿੰਦਾ ਕਾਂਗੂ ਰੇਜੀਲੇ ਸਰਬਾਜੀ ਇਹ ਬਾਜੀ ਅੱਬਾ ਜੀ ਸਿਰ ਖਾ ਲਿਆ ਮੇਰਾ ਸਿਰ ਖਾ ਲਿਆ ਸਿਰ ਖਾ ਲਿਆ ਇਹਦੀ ਮਾਨ ਕਿਹਾ ਸੀ ਆ ਆ ਗਿਆ ਆ ਕਾਦੀ ਵੀ ਖੱਪ ਪਾ ਕੇ ਮੈਨੂੰ ਬੁਲਾ ਲਿਆ ਫੋਨ ਕਰਕੇ ਮੈਂ ਚੰਗਾ ਬੁਲਾ ਉਹ ਬਾਹਰ ਬੰਦਿਆਂ ਦੇ ਕੋਲ ਬੈਠਾ ਆਇਆ ਸੀ ਇਹ ਕਿਹੜਾ ਤੁਸੀਂ ਨਿਤ ਦਿਹਾੜੀ ਦਾ ਕੰਜਰਖਾਨਾ ਪਾਇਆ ਬਾਜਾ ਸਾਲਿਆ ਬਾਜਾ ਉਹ ਚਾਚਾ ਤੂੰ ਆ ਜਿਹੜੇ ਤਮੀਜ਼ ਨਾਲ ਗੱਲ ਕਰਿਆ ਕਰ ਸਾਲਿਆ ਮੇਰੇ ਪੁੱਤਰ ਦਾ ਤਾਂ ਸਾਲਾ ਹੀ ਆ ਸਾਲੇ ਦਾ ਸਾਲਾ ਹੀ ਰਹਿਣਾ ਉਹਨੇ ਕਦੋਂ ਆ ਦੇਖ ਟਰਾਲੀ ਬਣ ਜਾਣਾ ਕਿਤੇ ਯਾਰ ਦੇ ਦੇ ਕਿਤੇ ਮੈਂ ਤੈਨੂੰ ਲਿਆ ਦਵਾਂ ਕਿਤੇ ਸੇਰ ਮੈਂ ਚਾੜ ਦੇ ਜੀ ਸਾਡਾ ਬੇੜਾ ਕਰਕੇ ਜਿੰਨੇ ਨੇ ਇਹਨਾਂ ਦਾ ਮੇਰੇ ਪੱਲੇ ਪਾਤਾ ਆ ਆ ਪਿਛਲੇ ਬੇਮਣੇ ਆ ਤੇ ਆ ਜਦੋਂ ਪਿੱਛੇ ਜਾਂਦੇ ਨੇ ਨਾ ਕਮਾਂਡਾ ਉਹਨੋਂ ਹੀ ਦਾਦੀਆਂ ਲਾਦਾ ਹੁੰਦੀਆਂ ਆ ਦੇਖ ਲਾ ਲਾਦਾ ਹੁੰਦੀਆਂ ਐ ਗਾਉਣ ਭਾਈ ਇਹ 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 ਦੋਸਤ ਦੋਸਤ ਕਿਹੜਾ ਦੋਸਤ ਆ ਨਹੀ ਭਾਈ ਜਾਨਾ ਮੈਂ ਕਹਿੰਦਾ ਬਜ਼ੁਰਗਾ ਆਪਣੀ ਜਵਾਨ ਸੰਭਾਲ ਕੇ ਗੱਲ ਕਰ ਮੈਂ ਤੈਨੂੰ ਦੱਸਾਂ ਮੈਂ ਮੈਨੂੰ ਕੋਈ ਹਜਿਆਲਾ ਸਮਝ ਐਹੋ ਜਿਹਾ ਨਾ ਸਮਝ ਤੈਨੂੰ ਉਹ ਤਾ ਬੈ ਕੇ ਗੱਲ ਕਰ ਜਾਈ ਕਰਨੀ ਆ ਬੜਾਪਾ ਆ ਜਾਂਦਾ ਤੇਰੀ ਅਕਲ ਵੀ ਜਾਈ ਜਾਂਦੀ ਐ ਉਹ ਆ ਕੇ ਕਹੀ ਹਿਆ ਕਰ ਤੇਰੀ ਧੀਆ ਰਗੀ ਆ ਤੇਰੀ ਨੌ ਆ ਉਹ ਦੋਸਤਾਂ ਗਫਾਰ ਦਾ ਯਾਰ ਇਹ ਕਹਿੰਦੇ ਆ ਤੇ ਇੰਜ ਗਫਾਰ ਦਾ ਦੋਸਤ ਆ ਅਦੇ ਹਲਾ ਭਾਜੀ ਤੇਰੇ ਸਾਹਮਣੇ ਮੇਰੇ ਤੇ ਇਲਜ਼ਾਮ ਲਾਈ ਜਾ। ਪਤਾ ਹੁਣ ਲੋਏ। ਕੀ ਪਤਾ ਕੀ ਪਤਾ ਗੱਲ ਜਿਹੜੀ ਕਰਨੀ ਕਰੋ ਮੈਂ ਇੱਥੇ ਬੈਠਾ ਤਾਸ਼ ਖੇਡਣੇ ਆਈ ਮੋਟਕੇ ਆਉਣਾ ਆਏ ਆਏ ਪੈਗਾਮ ਲੈ ਕੇ ਆ ਤੇਰੇ ਲਈ ਸਾਹ ਬਾਜੀ ਤੁਸੀਂ ਵੀ ਆਪ ਹੀ ਸੁਣ ਲਓ ਮੈਂ ਉੱਥੇ ਗੁਫਾਰ ਸਾਹਿਬ ਨਾਲ ਕੰਮ ਕਰਦਾ ਜੀ ਬਾਜੀ ਗੁਫਾਰ ਦੇ ਨਾਲ ਜੀ ਜੀ ਆਹ ਬਾਜੀ ਗੁਫਾਰ ਦੇ ਨਾਲ ਆ ਆ ਜਿਵੇਂ ਬਿੱਲੀ ਬੱਣੀ ਹੈ ਸਰਵਰਾਂ ਨੂੰ ਕੁਝ ਵੀ ਨਹੀਂ ਬਾਜੀ ਗੁਫਾਰ ਆ ਇਧਰ ਹਾਂ ਹਾਂ ਇਧਰ ਬਾਜੀ ਗੁਫਾਰ ਨਾ ਦੇਖ ਬੜਾ ਪਾਗਲ ਹੋਇਆ ਪਿਆ ਬੜਾ ਉਹਨਾਂ ਨੇ ਮੈਂ ਇਹਨਾਂ ਨੂੰ ਸਿਰਫ ਕੁਝ ਸਮਾਨ ਲੈ ਕੇ ਆਇਆ ਸੀਗਾ ਹਾਂਜੀ ਤੇ ਮੈਂ ਇਹਨਾਂ ਨੂੰ ਇਤਲਾ ਦਿੱਤੀ ਹੈ ਕਿ ਬਾਜੀ ਤੇ ਬਾਜੀ ਦੇ ਜਿਹੜੇ ਭਾਈ ਨੇ ਉਹ ਮਹੀਨੇ ਬਾਅਦ 사우ਦੀਆ ਚਲੇ ਨੇ ਨਾ ਤੁਸੀਂ ਜਾ ਰਹੇ ਹੋ ਨਾ ਸਭੀ ਅੱਛਾ 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 ਮਾਈ ਗੋਡ ਹਾਂ ਤਾਂ ਸੱਟ ਹਾਂ ਤਾਂ ਸੱਟ ਆ ਸੱਟ ਕਰ ਠੀਕ ਆ ਠੀਕ ਆ ਪਾਗਾ ਪਾਗਾ ਆ ਪਾਗਾ ਇਹ ਕਿੱਦਾਂ ਚੱਲ ਜਾਣਾ ਇਸ ਘਰ ਦੇ ਵਿੱਚ ਇਹਦੀ ਕੀ ਜੁਰਤ ਮੈਂ ਗੋਤਣਾ ਪੱਟੂ ਇਥੋਂ بار بار ਕੱਟੂਗੀ ਮਜ਼ਾਕ ਕਿਸ ਗੱਲ ਦਾ ਇਹਦੀ ਗੱਟ ਕਿੰਨੇ ਪੱਟਣੀ ਇਹਦੇ ਜਣਦੇ ਜੀਂਦੇ ਆ ਚਾਚਾ ਅਸੀਂ ਤਰਾ ਹਯਾ ਕਰਦੇ ਆ ਤੇਰੀ ਬਜ਼ੁਰਗੀ ਦਾ ਨਹੀਂ ਭਾਈ ਦਾ ਨਾ ਨੂੰ ਬਈ ਤੂੰ ਤੂੰ ਕੀ ਤੁਸੀਂ ਕਿੱਦਾਂ ਚੱਲ ਜਾਓਗਾ ਤੂੰ ਕਿੱਦਾਂ ਲੈ ਭਾਈ ਦੇਗਾ ਬਈ ਕੀ ਲਾਏਗਾ ਭਾਈਆ ਭਈਆ ਕੁ ਭਈਆ ਕਹਿੰਦਾ ਮੈਂ ਤੈਨੂੰ ਟੈਲੀਫੋਨ ਕੀਤਾ ਉਹ ਦੋ ਮਿੰਟ ਦਾ ਲਿਖ ਤਾ ਕਰ ਲੈ ਲਈ ਮੈਂ ਤੈਨੂੰ ਦੱਸ ਕਿਹੜੀ ਉਹ ਕਰਦੇ ਤੂੰ ਲਿਖਤ ਪੜਤ ਆ ਸੌਂਦਾ ਭਰਾਦੀ ਜਬਾਨਾ ਭਰਾਦੀ ਜਿੱਦਾਂ ਦੀ ਭੈਣ ਦੀ ਜਬਾਨ ਹੁੰਦਾ ਦੀ ਭਰਾਦੀ ਜਬਾਨ ਤੇਰੀ ਬੜੀ ਜਬਾਨ ਘਾਟਾ ਤੁਸੀਂ ਭਾਜੀ ਦਫਾ ਕਰੋ ਗੱਲ ਕਰੋ ਕੀ ਕਹਿੰਦਾ ਸੀ ਭਾਈ ਕੁਫਾਰ ਓਏ ਤੂੰ ਨਹੀਂ ਬਾਹਰ ਜਾ ਸਕਦਾ ਕਿਆ ਮੇਰੀ ਬਾਹਲਥੀ ਹੈ ਮੈਂ ਬਾਹਰ ਨਹੀਂ ਜਾ ਸਕਦਾ ਕਿ ਜਿਹੜੀ ਅੰਗੂਠਾ ਜਿਹੜੀ ਲਾਉਣਾ ਮੇਰੇ ਅੰਗੂਠਾ ਹੈ ਨਹੀਂ ਫੱਗਣਾ ਮੇਰੇ ਪੁੱਤਰ ਨੇ ਆ ਨਹੀਂ ਮੈਂ ਜਾਂ ਜਲਦਾ ਬਸ ਆਏ ਐ ਇਸ ਘਰ ਮਰੂਗੀ ਇੱਥੋਂ ਇਹਦਾ ਟਾਂਗਾ ਹੀ ਨਿਕਲੂ ਬਸ ਉਹ ਟਾਂਗਾ ਨਹੀਂ ਹੁੰਦਾ ਜਨਾਇਆ ਹੁੰਦਾ ਟਾਂਗਾ ਬੜੀ ਘੋੜੇ ਵਾਲੀ ਤਬੀਅਤ ਹੈ ਤੁਹਾਡੇ ਵਾਸਤੇ ਨਾ ਜੀ ਪਾਈ ਗਫਾਰ ਨੇ ਇੱਕ ਮਹਿੰਗੀ ਵਾਚ ਭੇਜੀ ਹੈ ਜੀ ਆਹਾ ਆਹਾ ਵਾ ਵਾ ਇਹਦੇ ਲਈ ਵਾਚ ਕਰ ਲਈ ਹੈ ਹਾਂ ਤੇ ਤੂੰ ਮੇਰੇ ਚਿਹਰੇ ਵਾਲ ਵਾਚ ਕਰਾ ਤੈਨੂੰ ਨਹੀਂ ਲੱਗਦਾ ਵੀ ਮੇਰੀ ਬੰਦੀ ਵਾਚ ਅਗਰ ਉਹਨੇ ਮੇਰੀ ਵਾਲੀ ਨਹੀਂ ਵਾਚਦਾ ਤੇ ਕੀ ਕਰੇਗਾ ਨਾਈ ਤੁਹਾਡਾ ਹੁਣ ਜਨਾਏ ਵਾਲਾ ਮੰਝਾ ਬਣਦਾ ਬਸ ਇਹ ਕਲਵੇਂ ਵਾਲੀ ਚਾਦਰ ਬਣਦੀ ਆ ਸਮੇ ਲੱਗੀ ਆ ਕਿ ਨਹੀਂ ਚੁੱਪ ਕਰਕੇ ਬੈਠੇ ਰੋਟੀ ਖਾਈ ਜਾਇਆ ਕਰੋ ਇੱਕ ਨਾ ਜੀ ਪਰਫਿਊਮ ਵੀ ਭੇਜਿਆ ਹੈ ਕਰੀਡ ਇਵੈਂਟਸ ਆਹ ਕਿਹੜਾ ਕਰੀਡ ਇਵੈਂਟਸ ਬਾਬਾ ਜੀ ਮਿਲਦਾ ਮੇਰੇ ਕੋ ਸਾਡੇ ਕਰੀਡਾਂ ਦੇ ਵਿੱਚ ਹੀ ਪੁੱਤਰ ਤੇ ਸੌਖਣੀ ਆਗਾ ਸੀ ਕੀ ਕਰੀ ਸਾਡੇ ਕਰੀਡਾ ਸਾਡੇ ਮਕਾਤਾ ਨਹੀਂ ਅਦਾ ਦਾ ਕਰੀਡ ਆ ਕਰੀਡ ਨਸੀਬ ਹੁੰਦੇ ਆ ਜੀ ਮੈਂ ਘਸੋਂ ਨਾ ਮਾਰਿਆ ਨਾ ਤੇਰੀ ਕਰੀਡ ਫਟ ਜਾਣੀ ਮੈਂ ਤੈਨੂੰ ਦੱਸਾਂ ਨਕਸੀਰ ਹੁੰਦੀ ਐ ਉਹ ਨਸੀਰ ਮਾਰ ਕੇ ਆਲਾ ਜਨਤ ਕਰ ਚੰਗਾ ਉਹਦੇ ਇੱਥੇ ਡੇਢ ਲੱਖ ਰੁਪਏ ਭੇਜਿਆ ਜੀ ਉਹ ਕਹਿੰਦੇ ਜੀ ਤੁਹਾਡੇ ਜਿਹੜੇ ਬੱਚੇ ਆ ਨਾ ਜੀ ਹਾਂਜੀ ਉਹਨਾਂ ਦੇ ਕੱਪੜੇ ਕੁੱਪੜੇ ਲਵੋ ਆਪਣੇ ਕੱਪੜੇ ਇਹਨਾਂ ਨੇ ਬਾਹਰ ਜਾਣਾ ਨਾ ਜੀ ਉਹ ਸ਼ਾਪਿੰਗ ਵਾਸਤੇ ਡੇਢ ਲੱਖ ਰੁਪਏ ਭੇਜਿਆ ਭੇਜਿਆ ਹਾਂਜੀ 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 ਇਹਦੇ ਲਈ ਡੇਢ ਲੱਖ ਰੁਪਈਆ ਕੱਲਿਆ ਹਾਂਜੀ ਤੇ ਪਹਿਲੀ ਬਾਬਾ ਸੀ ਦੀ ਟੋਪ ਤੇ ਚਾਚਾ ਜੀ ਭੈਣ ਵੀ ਅਸੀਂ ਦਿੱਤੀ ਐ ਤੁਸੀਂ ਨਹੀਂ ਦਿੱਤੀ ਇਹ ਕੋਈ ਮੇਰੇ ਪੁੱਤਰ ਗਫਾਰ ਦਾ ਰਿਸ਼ਤਾ ਆਇਆ ਨਾ ਤੇ ਮੈਨੂੰ ਜ਼ਰੂਰ ਦੱਸੀ ਕਿਉਂ ਜੀ ਮੈਂ ਉਹਨੂੰ ਭੈਣ ਦੇਣੀ ਆ ਉਹ ਕਦੇ ਵਾਸਤੇ ਮੇਰੇ ਲਈ 1.5 ਲੱਖ ਰੁਪਏ ਦੀ ਬਾਚਤੇ ਆਓਗੇ ਨਾ ਯਾਰ ਪੁੱਤ ਕੇ ਪੁੱਤ ਹੋ ਗਿਆ ਹਾਂ ਤੂੰ ਤੂੰ ਮੈਨੂੰ ਦੇ ਰਿਆ ਆ ਲੈ ਲੈ ਆ ਲੈ ਮੈਨੂੰ ਦੇ ਦੇ ਲਾਗੇ ਬੈਠਾ ਆ ਲੈ ਲੈ ਮੈਨੂੰ ਲਾਗੇ ਰਿਸ਼ਤਾ ਬੈਠਾ ਇਹ ਇਹ ਸ਼ਾਹ ਫਾਹਦ ਦੇ ਨਾਲ ਦੀ ਤਕਾਰਾ ਤੋਂ ਲੈ ਕੇ ਆ ਸੌਦੀਆ ਦੇ ਸਦਰ ਅੱਲਾ ਲਾਗੇ ਦਿੱਤਾ ਲਾਗੇ ਦਿੱਤਾ ਕਪਕਾਰ ਕਾ ਭਾਜਾ ਇੱਧਰ ਚੱਲੀ ਆ ਬਾਜੀ ਬਾਜੀ ਚੱਲੀ ਬਾਜੀ ਜੀ ਹਾਂ ਆਖਰੀ ਵਾਰੀ ਜਾਂਦੀ ਹੋਈ ਨਾ ਆ ਜਿਹੜੀ ਖੇ ਸਾਈ ਦੇ ਪਈ ਹੈ ਨਾ ਇਹ ਤੇਰੇ ਸਿਰ ਚ ਬਣਦੀ ਸੀ ਸਾਲਿਆਂ ਹੌਲ ਤੇ ਇਦਾਂ ਦੇ ਲੈ ਇਹ ਜਿੰਨਾ ਚੰਗਾ ਸਾਲਾ ਵਾ ਯਕੀਨ ਕਰ ਹਰ ਬੰਦੇ ਦਾ ਦਿਲ ਕਰਦਾ ਬਾਜੀ ਹਾਂਜੀ ਕਿ ਮੇਰਾ ਸਾਲਾ ਹੋਵੇ ਉਹ ਬਾਬਾ ਹਰਾਮ ਦੇਆ ਕੋ ਇਨਸਾਨ ਬਣੇ ਉਹ ਤੇਰੀ ਨੌ ਆ ਉਹ ਮੈਂ ਤੇਰੇ ਪੁੱਤਰਾ ਵਰਗਾ ਕੋ ਹਯਾ ਕਰ ਜੇ ਬਾਜੀ ਗਫਾਰ ਨੇ ਕੋ ਸਾਡੇ ਵਾਸਤੇ ਸ਼ਹਿ ਪੇਜਣ ਡਿਆ ਤੇ ਬਾਜੀ ਅਸੀਂ ਇਸ ਲੈ ਕੇ ਆ ਤੇ ਭੇਜਣ ਡਿਆ ਬਾਜੀ ਗਫਾਰ ਨੂੰ ਪਿਓੜੀ ਨਜ਼ਰ ਆਉਂਦਾ ਨੀ ਮਾਇਰ ਆਉਂਦਾ ਹੁਣ ਐਡੀ ਦੂਰੋਂ 사우ਦੀਆ ਚ ਪਿਓ ਨਹੀਂ ਨਿਕਰ ਆਉਂਦੇ। ਇੱਕ ਗੱਲ ਦੱਸ ਮੈਂ ਗਫਾਰ ਨੂੰ ਪਿਛਲੇ 2 ਮਹੀਨੇ ਤੋਂ ਹਸਪਤਾਲਾਂ ਦੀ ਤਸਵੀਰਾਂ ਘੱਲਣਿਆ ਪਿਆ ਮੈਂ ਲੰਮਾ ਪਿਆ ਮੈਨੂੰ ਡ੍ਰਿਪ ਲੱਗੀ ਆ ਆ ਡਾਕਟਰ ਮੇਰਾ ਬਲੱਡ ਪ੍ਰੈਸ਼ਰ ਚੈੱਕ ਕਰ ਰਿਆ ਆ ਮਰੀਜ਼ ਮੇਰੇ ਕੋਲ ਆਏ ਆ ਹਾਂ ਇਹ ਨਾਲ ਨਹੀਂ ਆਵਾਜ਼ ਆ ਤੇ ਮੇਰੇ ਲਈ ਮੈਡੀਕਲ ਸਟੋਰ ਦੀਆਂ ਛਾਵਾਂ। ਉਹਨੂੰ ਪਤਾ ਅੱਬਾ ਮੇਰਾ ਬੋਲਦਾ ਬਹੁਤ। ਪਤਾ ਨਹੀਂ ਪੀਸੀਓ ਤੇ ਜਾ ਕੇ ਕਿਹੜੇ ਮੂੰਹ ਨਾਲ ਗੱਲ ਕਰਦਾ ਅਗਲਾ ਤੇਰੇ ਲਈ ਬਵਾਸੀਰ ਦੀ ਟੂਪਾ ਭੇਜਣ ਦੇ ਆ। ਲਾ ਭਾਈ ਆ ਮੇਰੀ ਇਹ ਮੇਰੀ ਦਵਾਈ ਆ। ਝੋਲੀ ਚੱਕੀ ਦੀ ਝੋਲੀ ਤੇ ਮੈਂ ਮੰਜੀ ਚੱਕ ਮਮੀ ਤਾਂ ਝੋਲੀ ਚੱਕੀ ਆ ਉੱਠ ਮੈਂ ਤੈਨੂੰ ਇਸ ਕੁੱਤੀ ਚਿੱਕੇ ਚ ਰਹਿਣੇ ਨਹੀਂ ਦੇਣਾ ਬੜੀ ਜੂ ਕੱਟ ਰਹੀ ਆ ਜਾ ਆਪਣਾ ਸਮਾਨ ਲੈ ਕੇ ਆ ਉਹ ਕਿਹੜਾ ਸਮਾਨ ਆਪਾਂ ਆਪਣੇ ਘਰੋਂ ਚੱਲਦੇ ਆਂ ਬਗਾਨੇ ਘਰਾਂ ਚ ਤੁਸੋਂ ਦੀਏ ਜਾਂਦੀ ਚੰਗੀ ਲੱਗਦੀ ਆ ਉਹ ਮੇਰੀ ਭਾਜੀ ਨਾਲੇ ਤੁਹਾਡੇ ਵੀ ਸਾਲੇ ਮੇਰੇ ਪੁੱਤਾਂ ਨੇ ਇਹ ਕਹਤਾਂ ਨਹੀਂ ਜਾਣਾ ਮੈਂ ਦੱਸਦਾ ਬਾਰ-ਬਾਰ ਮੈਂ ਰਹਿਣਾ ਹੀ ਨਹੀਂ ਜਾਉਂ ਉਸ ਤੁਹਾਡੇ ਨਾਲ ਬੜੀ ਨਿਮਰੀ ਆ ਮੇਰੀ ਗੱਲ ਥੋੜਾ ਹੀ ਕੋਈ ਗੱਲ ਆ ਮੇਰੀ ਕੁੱਤਖਾਨਾ ਨਿਮਰੀ ਆ ਤੁਹਾਡੇ ਨਾਲ ਉਹ ਬਾਹਰ ਜਿਹੜੇ ਜਾਣਾ ਮੇਰੀ ਲਾਸ਼ ਤੋਂ ਟੱਪ ਕੇ ਜਾਣਾ ਮੈਂ ਦੱਸਦਾ ਟੱਪ ਕੇ ਜਾਣਾ ਪਾਉ ਏ ਸੋਚ ਕੇ ਟੱਪੀ ਮੈਂ ਦੱਸਾਂ ਲਾਸਟ ਸਟਾਪ ਕਹ ਜਾਗੀ ਇਸ ਘਰ ਤੋਂ ਬਾਹਰ ਜਿਹਾਸ਼ ਵੀ ਟੱਪੜੀ ਆਹ ਬਈ ਐਡੀ ਜੁਰਤ ਆ ਆਹ ਦੀ ਆਹ ਮੇਰੀ ਲਾਸ਼ ਤੋਂ ਟੱਪ ਕੇ ਜਾਓਗੇ ਮੈਂ ਤੁਹਾਨੂੰ ਦੱਸ ਹੀ ਜਾਂਦਾ ਆਓ ਭਾਜੀ ਆਓ ਮੈਂ ਤੁਹਾਡੇ ਲਈ ਦੇਸੀ ਚੂਟਾ ਧਾਵਾ ਜਰਾ ਚੱਲ ਕੇ ਇੱਥੇ ਕੰਜਰ ਖਾਨ ਦੇ ਦੇ ਘਰ ਦੇ ਵਿੱਚ ਇਥੇ गंदगी ਹੈ ਆ ਕੋਈ ਗੱਲ ਨਹੀਂ ਆਪਾਂ ਸ਼ਰਤ ਰੱਖੀ ਵੀ ਇਸ ਘਰ ਤੋਂ ਜਾਣਾ ਤਾਂ ਮੇਰੀ ਲਾਸ਼ ਤੋਂ ਟੱਪ ਕੇ ਜਾਣਾ ਉਹ ਟੱਪ ਗਿਆ ਬਸ ਠੀਕ ਹੈ ਤੂੰ ਸੁਣਾ ਕਿਦਾਂ ਠੀਕ ਆ ਆ ਠੀਕ ਠੀਕ ਆ ਠੀਕ ਆ ਆ ਲੈ 50 ਰੁਪਏ ਉੱਥੇ ਦੋ ਕੁਲਫੀਆਂ ਲਿਆ ਦਿਓ ਮੈਂ ਭਰਾ ਖਾਈਏ ਲੋ ਵੇ ਆ ਦੋ ਮੈਂ ਮੇਰੇ ਉਹ ਤੇ ਥੋੜਾ ਜਿਹਾ ਰੰਗ ਬਰੰਗਾ ਖੋਪਰਾ ਪਵਾ ਲਈ ਹਾਂ ਆ ਖਾਰੀ ਜਾਣ ਖਾਰੀ ਆਉਣ ਕਰ ਚੱਲ ਚੱਕ ਆ ਜਾ ਇਹ ਕਿਹੜੀ ਗੱਲ